पठानकोट के मिशन चौक पर स्थित टेम्प्रेस हॉल पिछले लंबे समय से प्रशासनिक कार्यालय के तौर पर इस्तेमाल किया जा रहा था। मौजूदा समय में इस हॉल को जीओजी कार्यालय के तौर पर इस्तेमाल किया जा रहा है। शहर के व्यापारियों ने इस हॉल को वापस जनता के सुपुर्द करने की मांग की है। भरत महाजन ने कहा कि इस हॉल में जरूरतमंद परिवारों के कार्यक्रम व खेल कार्यक्रम आयोजित होते थे, इसलिए इसे वापस जनता को दिया जाना चाहिए। व्यापारी अश्विनी गुप्ता ने कहा कि जिला बनने के पहले अस्थायी तौर पर प्रशासन ने इस हॉल को एक्वायर किया था, लेकिन अब इसे जीओजी को पक्के तौर पर दे दिया गया है। उन्होंने जीओजी कार्यालय को शिफ्ट करने की मांग की है। देखो, टेम्परेंस हॉल एक कम्युनिटी हॉल है। पता नहीं क्यों पठानकोट की जनता भूल गई है कि वो उन्होंने प्रॉपर्टी है। सरकार ने कम्युनिटी वास्ते हॉल बनाया, इहदा मतलब है कि पब्लिक दे लई बनाया तो पब्लिक वास्ते। डिस्ट्रिक्ट बनिया और उन्होंने टैंपरेरी तौर पर टैंपरेंस हॉल में एडमिनिस्ट्रेटिव ब्लॉक के विच कर कन्वर्ट किया। उस वक्त एक कमिटमेंट की गई थी जेडे उस वक्त मौजूदा ऑफिसर सन कि जदों भी जिस वेले एडमिनिस्ट्रेटिव ब्लॉक बनेगा टैंपरेंस हॉल खाली हो जाएगा और कारपोरेशन टैंपरेंस हॉल में दोबारा पुराने हालात पब्लिक नू वापस करेगी। कम्युनिटी हॉल का मतलब होंगे जी कि आम बंदा जेडे वड्डे मैरिज पैलेसेस नू अफोर्ड नहीं कर सकता या बच्चों दियाँ खेडां तुसी देखो पुराने टाइम च बैडमिंटन दियाँ टूरनामेंट्स टैंपरेंस हॉल दे विच होंदे सी। बहुत सारे कन्वोकेशनस बहुत सारिया ईवेंट्स टैंपरेंस हॉल होंदे सी। मजोरिटी ऑफ मिशन रोड दे जिहड़े ਉਹ ਬੰਦੇ ਵੱਡੇ ਪੈਲੇਸਸ ਨੂੰ ਅਫੋਰਡ ਨਹੀਂ ਕਰ ਸਕਦੇ, ਆਪਣੀਆਂ ਸ਼ਾਦੀਆਂ ਰਿਸੈਪਸ਼ਨਸ ਟੈਂਪਰੇਸ ਹਾਲ 'ਚ ਕਰਦੇ ਸੀ। ਔਰ ਇਹ ਅਗਰ ਮੇਰੇ ਸ਼ਹਿਰ ਦੀ ਪ੍ਰੋਪਰਟੀ ਹੈ ਤਾਂ ਮੇਰੀ ਮੰਗ ਹੈ ਜੀ ਮੈਨੂੰ ਵਾਪਿਸ ਕਰੋ। ਮੈਂ ਪਠਾਨਕੋਟ ਨੂੰ ਰੀਪ੍ਰਜੈਂਟ ਕਰਦੇ ਹੋਏ ਪਠਾਨਕੋਟ ਵਪਾਰ ਮੰਡਲ ਤੋਂ ਮੰਗ ਰੱਖੀ ਸੀ ਕਿ ਮੈਂ ਪਠਾਨਕੋਟ ਹਾਂ ਔਰ ਟੈਂਪਰੇਸ ਹਾਲ ਮੇਰਾ। ਜਦੋਂ ਤੁਹਾਡਾ ਆਪਣਾ ਐਡਮਿਨਿਸਟ੍ਰੇਟਿਵ ਬਲਾਕ ਬਣ ਗਿਆ ਤਾਂ ਮੇਰਾ ਟੈਂਪਰੇਸ ਹਾਲ ਮੈਨੂੰ ਵਾਪਿਸ ਕਰੋ ਤਾਂ ਕਿ ਇਹਨੂੰ ਪਠਾਨਕੋਟ ਦੀ ਜਨਤਾ ਯੂਜ਼ ਕਰ ਸਕੇ, ਆਪਣੇ ਚੰਗੇ ਫੰਕਸ਼ਨ ਮਾੜੇ ਫੰਕਸ਼ਨ ਉੱਥੇ ਕਰੇ। ਇਹੋ ਇੱਕ ਮੇਰੀ ਮੰਗ ਹੈ ਔਰ ਇਹਨੂੰ ਜਿਸ ਤਰੀਕੇ ਵੀ ਹੋਏਗਾ ਪਠਾਨਕੋਟ ਵਪਾਰ ਮੰਡਲ ਸਰਕਾਰ ਤੋਂ ਵਾਪਿਸ ਲੈ ਕੇ ਪਠਾਨਕੋਟ ਦੀ ਜਨਤਾ ਦੇ ਹਵਾਲੇ ਕਰੇ। ਤੁਹਾਡੇ ਵੱਲੋਂ ਇਹਦਾ ਜਿੰਮਾ ਜਿਹੜਾ ਕੱਲ੍ਹ ਵਿਧਾਇਕ ਪਠਾਨਕੋਟ ਅਮਿਤ ਵਿਜ ਨੂੰ ਕਿਹਾ ਗਿਆ ਕਿ ਤੁਸੀਂ ਖਾਲੀ ਕਰਵਾਉਂਦੇ ਜਿੰਮਾ ਸਮਝੋ ਕਿ ਤੁਸੀਂ ਸਰਕਾਰ ਹੋ ਜੀ, ਉਹਨਾਂ ਕੋਲ ਕੀ ਅਪੀਲ ਰੱਖੋ? ਦੇਖੋ, ਉਹਨਾਂ ਨੇ ਇੰਸ਼ੋਰੈਂਸ ਦਿੱਤੀ ਹੈ ਕਿ ਇਸ ਮੈਟਰ ਨੂੰ ਮੈਂ ਬਹੁਤ ਜਲਦੀ ਚੱਕ ਕੇ ਪਠਾਨਕੋਟ ਟੈਂਪਰੇਸ ਹਾਲ ਪਠਾਨਕੋਟ ਦੀ ਜਨਤਾ ਨੂੰ ਦੇਵਾਂਗਾ ਔਰ ਪਠਾਨਕੋਟ ਵਪਾਰ ਮੰਡਲ ਤੋਂ ਮੈਂ ਆਪਣੀ ਟੀਮ ਦੇ ਨਾਲ ਜਦੋਂ ਤੱਕ ਟੈਂਪਰੇਸ ਹਾਲ ਸਾਨੂੰ ਵਾਪਸ ਨਹੀਂ ਮਿਲ ਜਾਂਦਾ ਅਸੀਂ ਸਾਰੇ ਅਫਸਰਾਂ ਦੇ ਪਿੱਛੇ ਰਵਾਂਗੇ ਔਰ ਟੈਂਪਰੇਸ ਹਾਲ ਲੈ ਕੇ ਪਠਾਨਕੋਟ ਦੀ ਜਨਤਾ ਨੂੰ ਵਾਪਸ ਕਰਾਂਗੇ। ਹਾਲ ਜਦੋਂ ਅਸੀਂ ਆਪਣੇ ਇਹਦੇ ਵਿੱਚ ਅੱਜ ਤੋਂ ਸ਼ੁਰੂ ਤੋਂ ਜਦੋਂ ਦੇਖਦੇ ਆ ਰਹੇ ਹਾਂ ਟੈਂਪਰੇਸ ਹਾਲ 'ਤੇ, ਟੈਂਪਰੇਸ ਹਾਲ ਦੇ ਵਿੱਚ ਅਸੀਂ ਵਿਆਹ ਸ਼ਾਦੀਆਂ ਵੀ ਅਟੈਂਡ ਕੀਤੀਆਂ। ਟੈਂਪਰੇਸ ਹਾਲ ਦੇ ਵਿੱਚ ਅਸੀਂ ਜਿਹੜੇ ਗਰੁੱਪ ਵਗੈਰਾ ਜਿਹੜੇ ਐਨ ਜੀ ਓ ਵਗੈਰਾ ਉੱਥੇ ਆਪਣਾ ਪ੍ਰੋਗਰਾਮ ਕਰਦੇ ਸੀ ਔਰ ਸਪੋਰਟਸ ਦੇ ਵੀ ਉੱਥੇ ਕਾਫੀ ਗੇਮਾਂ ਹੁੰਦੀਆਂ ਸੀ, ਟੇਬਲ ਟੈਨਿਸ ਹੁੰਦੀ ਸੀ, ਬੈਡਮਿੰਟਨ ਹੁੰਦੀ ਸੀ। ਪਰ ਅੱਜ ਦੀ ਡੇਟ ਦੇ ਵਿੱਚ ਉਸ ਟੈਂਪਰੇਸ ਹਾਲ ਦਾ ਮਿਸਯੂਜ਼ ਹੋ ਰਿਹਾ ਔਰ ਪਤਾ ਨਹੀਂ ਕਿਹੜਾ ਦਫ਼ਤਰ ਆ, ਨਾਂ ਵੀ ਪਹਿਲਾਂ ਜੀ ਓ ਜੀ ਦਫ਼ਤਰ ਨਾਂ ਵੀ ਪਹਿਲੀ ਵਾਰੀ ਸੁਣਿਆ ਮੇਰਾ ਕਿ ਉਹ ਕੇਅਰ ਟੇਕਰ ਹੈਗਾ ਕਿਤੇ ਆਂਗਨਵਾੜੀ ਦਾ ਔਰ ਇੰਨੀ ਵਧੀਆ ਜਗ੍ਹਾ ਪਈ, ਇੰਨੀ ਵਧੀਆ ਜਗ੍ਹਾ ਨੂੰ ਤੁਸੀਂ ਇਹ ਕੇਅਰ ਟੇਕਰ ਨੂੰ, ਮੈਂ ਤਾਂ ਰੋਜ਼ ਉੱਥੇ ਉੱਧਰੋਂ ਨਿਕਲਣਾ, ਮੇਰਾ ਰੈਜੀਡੈਂਸ ਵੀ ਉੱਧਰ ਆ, ਪਰ ਉੱਥੋਂ ਮੈਂ ਰੋਜ਼ ਨਿਕਲਣਾ ਉੱਥੇ ਗੱਡੀਆਂ ਹੀ ਲੱਗੀਆਂ ਹੁੰਦੀਆਂ, ਅੰਦਰ ਗੱਡੀਆਂ ਲੱਗੀਆਂ ਹੁੰਦੀਆਂ ਜਿਹਦਾ ਮਿਸਯੂਜ਼ ਹੋ ਰਿਹਾ ਔਰ ਐਡਾ ਵਧੀਆ ਪ੍ਰਾਈਮ ਜਗ੍ਹਾ ਜਿਹੜੀ ਸਾਡੇ ਸ਼ਹਿਰ ਦੇ ਮਿਡਲ ਦੇ ਵਿੱਚ ਹੈਗੀ ਆ। ਮੈਂ ਸਰਕਾਰ ਅੱਗੇ ਮੰਗ ਕਰਨਾ ਕਿ ਇਸ ਜਗ੍ਹਾ ਨੂੰ ਲੋਕਾਂ ਦੀ ਜਿਹੜੀ ਵਰਤੋਂ ਵਾਸਤੇ ਲਿਆਇਆ ਜਾਵੇ, ਲੋਕਾਂ 'ਚ ਗਰੀਬ ਜਿਹੜਾ ਪਰਿਵਾਰ ਹੈ ਉੱਥੇ ਸ਼ਾਦੀਆਂ ਵੀ ਕਰਦੀ ਸੀ ਔਰ ਮੇਰੀ ਇਹੀ ਮੰਗ ਹੈ ਸਰਕਾਰ ਅੱਗੇ ਕਿ ਉੱਥੇ ਜਿਹੜੀਆਂ ਗਰੀਬ ਬੱਚੇ ਆ ਉਹਨਾਂ ਨੂੰ ਫ੍ਰੀ ਸ਼ਾਦੀਆਂ ਕਰਾਈਆਂ ਜਾਣ ਔਰ ਸਪੋਰਟਸ ਬਾਰੇ ਜਿਹੜੇ ਗਰੁੱਪ ਸਪੋਰਟਸ ਹੈਗੇ ਪਠਾਨਕੋਟ ਸਪੋਰਟਸ ਹੈਗੇ ਆ ਉਹਨਾਂ ਨੂੰ ਉਸ ਜਗ੍ਹਾ 'ਤੇ ਬੈਡਮਿੰਟਨ ਜਾਂ ਟੇਬਲ ਟੈਨਿਸ ਦੇ ਉੱਥੇ ਟੂਰਨਾਮੈਂਟ ਕਰਾਏ ਜਾਣ ਔਰ ਜਿਹੜੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਹੈਗੀਆਂ ਆਡੀਟੋਰੀਅਮ ਦੇ ਵਿੱਚ ਖਿੜਕੀਆਂ ਬਣੀਆਂ, ਉੱਥੇ ਜਿਹੜੇ ਸਾਡੇ ਐਨ ਜੀ ਓ ਗਰੁੱਪ ਉੱਥੇ ਆਪਣੇ ਨਾਟਕ ਵਗੈਰਾ ਕਰਦੇ ਸੀ, ਲੋਕਾਂ ਨੂੰ ਭਲਾਈ ਵਾਸਤੇ ਕੰਮ ਕਰਦੇ ਸੀ, ਉਹਨੂੰ ਦਿੱਤੀ ਜਾਏ ਸਰਕਾਰ। ਮੈਂ ਕਹਿੰਦਾ ਕਿ ਇਹ ਬਹੁਤ ਵੱਡੀ ਮੰਗ ਆ ਔਰ ਮੈਂ ਐਜ ਏ ਵਪਾਰ ਮੰਡਲ ਹੋਣ ਦੇ ਨਾਤੇ ਔਰ ਇੱਕ ਜਿਹੜਾ ਉਹ ਜਿਹੜੀ ਉਹਦਾ ਕੇਅਰ ਟੇਕਰ ਜਿਹੜਾ ਹੈਗਾ ਉਹਨੂੰ ਵਪਾਰ ਮੰਡਲ ਬਣਾ ਦਿੱਤਾ ਜਾਵੇ ਤਾਂ ਕਿ ਜਿਹੜੇ ਜਿਹੜੀ ਉਹਦੀ ਸਹੀ ਵਰਤੋਂ ਜਿਹੜੀ ਟੈਂਪਰੇਸ ਹਾਲ ਦੀ ਹੋ ਸਕੇ। ਜੈ ਹਿੰਦ, ਜੈ ਭਾਰਤ।